माई ने गड्डी मोड़ ली, अभी पूरे भिज गए। देखो यार वापस आ गए आप। गड्डी बैग बूग जहाँ रख देवे फिर आप जावे क्लिफ्टन हिल वाल। ठीक है, हम पता लगे जी जो आप लिफाफे ना ਇਹਨੂੰ ਪਹੁੰਚੋ ਕਹਿੰਦੇ ਆ। ਪਹੁੰਚੋ ਇੱਥੇ ਛੱਡਣੇ ਵਿੱਕੇ ਛੱਡ ਤੇ ਪਹੁੰਚੋ ਪਹੁੰਚੋ ਤੂੰ ਪਹੁੰਚ ਛੱਡਦਾ ਆਪਣਾ। ਆ ਜੀ ਇਹਦੇ ਗਾਣੇ ਗੁਣੇ ਗਾਉਂਦੇ ਮੁੰਡੇ। ਆ ਦੇਖੋ ਜੀ ਇੱਥੇ ਬੰਦਾ ਗਾਣਾ ਗੁਣਾ ਗਾਉਂਦਾ। खाने पीने वास्ते वधिया आप बैठ सकता बंदा, इधरों इन्ना सोहना व्यू आ सामने, बहुत वधिया आराम ना बंदा इतने बह के खा पी जाता। आप जाना हुण उधर नूं ओह चल गई मंडीर। हाँ जी गाइस आप गिले गुले हो गए थे फिर से पूंजो पचांजी कर ली तो हूँ आप पैसे बहुत हो गए थे चाहे पानी चो आए थे पर प्यास लग गई तो हूँ आप चलेंगे जी मार्केट आ क्लिफ्टन हिल तो उत्थे नज़ारा तुम दिखाने। चलो फिर चलिए चलिए विके फिर कि सरजा शेट्टी बैठा। चलो ठीक है ओके। वो यार लूंबड़ी है जी इतने अरे पिछे पैन लगी है लूंबड़ी ये मेरे मगर ना पैसे भाई जिम्मे कबड्डी रेट नहीं मारे वो पै गए एक शिकार। आ गए जी आप क्लिफ्टन हिल वाल। आएगा अपना स्काई व्हील कैंट पूरा काम रौनक मेला अच्छ पूरा लगता मैं हो। देखो जी अच्छ गवर्नमेंट वो कसीनो डायनासोर जो बनाए हुए उन्होंने नकली आज पहाड़ जहा बनाया ना जो अग निकलती हरी हाली। आ देखो धुआं निकलिया है जो दोबारा निकलो तुम दिखावे। आगे गो कार्टिंग मतलब छोटी छोटी गड्डिया जी होंगे बहुत भाजदियाँ होंगे नेड़े आके दिखावे तुम ये भी बढ़िया वजिए चीज़ होंगी पहले एक बार की हुई है न्याणा वास्ते जो डायनासोर वाला काम है वधिया आया देख पूरा नज़ारे का। हम देखते हैं कदम निकलता झग जी निकलती है थोड़ा चिर बाद पानी निकलता हूँ डायनासोर कितने बनाए हुए उत्तों पर टिकट लैसे स्काई व्हील दी स्काई व्हील ठीक जहाँ होंगे ज़्यादा मज़ेदार नहीं होंगे स्लो बहुत होंगे न्याणा वास्ते गोल्फ कोर्स जहाँ इतने और अंडे तो निकला है बच्चा आ देखो आया गो कार्टिंग आ गड्डिया जाए बच्चिया वो देखो लाइन गड्डी लंबी पर जो पग वाले बंदे उन्होंने भी हेलमेट पाना लाजमी समझते हैं तो वो पटकाया बनना पैदा होंगे थले ਇਹਦੋਂ ਨਿਕਲੂਗਾ ਹੁਣ ਦੇਖਿਓ ਤੁਸੀਂ ਰਹਿ ਗਏ ਜਿਹੜਾ ਪੋਪਟੋਰੀਆ ਦੋ ਤਿੰਨ ਚਾਰ ਪੰਜ ਜਾਣੇ ਨੇ ਸੀ ਨਾ ਪੋਪਟੋਰੀਆ ਸਾਰੀਆਂ ਮੁੰਡੀਆਂ ਵੇਟ ਕਰ ਰਹੀਆਂ ਅੱਗ ਦਾ ਦੁਕਾਨ ਨਾ ਮੇਂ ਦੱਸਿਆ ਅੱਗ ਦਾ ਵੇਟ ਕਰ ਰਹੀਆਂ ਜੀ ਅੱਗ ਨਿਕਲੂ ਵੀਰ ਜੋ ਤੂੰ ਐ ਨਿਕਲੀ ਜਾਂਦਾ ਗੱਲ ਚੱਕਦੇ 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 ਨਹੀਂ ਆਉਂਦੀ ਅੱਗ ਨਹੀਂ ਆਉਂਦੀ ਆ ਗਈ ਆ ਗਈ ਆ ਉਹ ਸੇਕ ਕਿੰਨਾ ਮਾਰਦੀ ਓਏ ਹੁਣ ਹੁਣ ਦੱਸ ਉਹ ਗੱਲ ਕਰ ਕੱਢਿਆ ਮੈਂ ਕੱਢਿਆ ਦੇਖੋ ਡਰੈਗਨ ਤੂੰ ਡਰੈਗਨ ਮੈਂ ਡਰੇਕ ਤੂੰ ਡਰੇਕ ਹਲੋ ਜੀ ਮਾਹੌਲ ਦੇਖੋ ਮਾਹੌਲ ਗਰਮੋ ਗਰਮੀ ਚੱਕਦੇ ਫੱਟੇ ਆਣੇ ਖੇਡਦੇ ਤੇ ਬੋਲੋ ਆ ਡਾਇਨਾਸੂਰ ਖੜੇ ਕੋ ਡਾਇਨਾਸੂਰ ਖੜਾ ਇਕੱਲਾ ਹੀ ਸੂਰ ਖੜਾ ਲਾਸਟ ਟਾਈਮ ਆਈ ਸੀ ਤਾਂ ਬੜੀ ਮਾਰਕੀਟ ਬੰਦ ਸਹੀ ਗੱਲ ਹੈ ਭਾਜੀ ਉਹਨਾਂ ਦੇ ਅਕੋਰਡਿੰਗਲੀ लास्ट टाइम कोई रश नहीं सी पहली ही जगह जिते आया जी कनेडा को यार ठंड बहुत सी उदो तो हूँ देखो जी रश मश यार
ਇੱਥੋਂ ਟਿਕਟਾਂ ਮਿਲਦੀਆਂ ਜੀ ਡਾਇਨਾਸੌਰ ਵਾਲੇ ਜਗਾਡਮੈਂਟ ਦੀਆਂ, ਐਡਵੈਂਚਰ ਗੋਲਫ ਗੋਲਫ ਕਰਦੇ ਨਿਆਣੇ ਉਹ ਦੇਖੋ ਜਾਂਦੇ, ਆਹ ਚਿੜੀ ਜੀ ਖੜਾਈ ਆ ਨਾ, ਚਿੜੀ ਦੀ ਆਵਾਜ਼ ਵੀ ਆਉਂਦੀ ਹੈ ਦੇਖੋ ਸਪੀਕਰ ਲਾਏ ਹੋਏ। ਹਾਂ ਦੁਕਾਨ ਜੀ ਆ ਗਈ ਕਨੇਡਾ ਟ੍ਰੇਡਿੰਗ ਕੰਪਨੀ ਹੈ ਜੀ, ਮੈਨੂੰ ਗੁਬਾਰੇ ਗੁਬਾਰੇ ਜਿਹੇ ਘੈਂਟ ਲੱਗਣ ਡੇ ਆ, ਚਲੋ ਦੇਖੀ ਅੰਦਰ ਜਾ ਕੇ ਕੀ ਆ। ਉਹ ਯਾਰ ਉਹ ਮੈਨੂੰ ਗੁਬਾਰਾ ਲੈ ਦਿਓ ਯਾਰ ਇੱਕ ਜਗਨ ਵਾਲਾ, ਵਧੀਆ ਜਗਨ ਬੇਟਾ ਗੁਬਾਰੇ ਜੇ ਸੋਹਣੇ ਯਾਰ ਹੈ ਨਾ ਯਾ। ਖੜਾਉਣੇ ਖੜਾਉਣੇ ਜੇ ਉਹ ਜਗਦੇ ਆ ਗੁਬਾਰੇ, ਆਹ ਘੁੰਮਦੇ ਵੀ ਆ। ਘੋੜੇ ਘੋੜੇ ਜੇ ਵੀ ਘੈਂਟ ਆ ਨਾ, ਦੱਸੋ ਤੇਰੀ ਫੋਟੋ ਏ ਆਹ ਬੰਦਾ ਕਿਹੜਾ ਹੋਏ ਆਹ ਬੰਦਾ ਦੇਖ, ਆਹ ਵਧੀਆ ਡਿਪਾਰਟਮੈਂਟ ਆ ਨਾ, ਲੱਕੜ ਦੇ ਬਣਾਏ ਹੋਏ ਲੱਕੜ ਦੇ ਡੈਕੋਰੇਸ਼ਨ ਦਾ ਸਮਾਨ ਜਿਹਾ ਡਿਪਾਰਟਮੈਂਟ ਸਾਰਾ। ਹਾਂ ਡੱਡੂ ਬੜਾ ਡੱਡੂ ਆ ਤੋਤਾ ਆ ਗਿਆ ਆਪਾਂ ਬਾਹਰ ਜੀ, ਆਹ ਸਕਰੀਨ ਜੀ ਨਵੀਂ ਲਾਈ ਜਾਣੇ, ਪਹਿਲਾਂ ਨਹੀਂ ਹੁੰਦੀ ਸੀਗੀ ਹਜ਼ੂਰੀ ਦੇਣ ਵਾਸਤੇ। ਆਪਣਾ ਬਰਗਰ ਕਿੰਗ ਇੱਥੇ ਵੀ ਜਨਤਾ ਨੇ ਰੌਣਕ ਲਾਈਆਂ ਹੋਈਆਂ, ਇੱਥੇ ਇੱਕ ਬੰਦਾ ਸਟੈਚੂ ਜਿਹਾ ਬਣਿਆ ਬੈਠਾ ਹੋਇਆ ਉਹ ਦੇਖੋ, ਪੈਸੇ ਤਾਂ ਉਹ ਮਾਲਾ ਜੀ ਪਾਉਂਦਾ ਹੁੰਦਾ ਸਕਾਈ ਵੀਲ, ਆ ਇੱਥੇ ਬੋਲਿੰਗ ਬੋਲਿੰਗ ਕਰਦੇ ਆਪਣੇ ਪੂਰੀ। ਦੇਖੋ ਜੀ ਆਪਣੇ ਵਾਲੇ ਬਾਈ ਨੇ ਇੱਕ ਮੈਂ ਮੋਢੇ ਤੋਂ ਉੱਤੇ ਬਿਠਾਏ, ਬਹੁਤ ਨਜ਼ਾਰੇ ਬਾਈ ਬਹੁਤ ਵਧੀਆ, ਜੇ ਬਾਈ ਬਲੌਗ ਦੇਖ ਰਿਹਾ ਹੋਵੇ ਵੈਰੀ ਗੁੱਡ। ਆ ਗਿਆ ਮਤਲਬ ਹੈਗਾ ਆਪਣਾ ਚੋਕਲੇਟ ਵਾਲਾ ਜੁਗਾੜ ਡਰਿੰਕ ਦਿਖਾਈ ਸੀਗੀ ਆਪਾਂ, ਲਓ ਜੀ ਆਪਾਂ ਇਹਦੇ ਅੰਦਰ ਜਾਣ ਲੱਗੇ ਹਾਂ ਗੇਮਾਂ ਗੁੰਮਾਂ ਖੇਡਣ ਵਾਸਤੇ। ਤਿੰਨ ਟੋਕਨ ਪਾ ਦੋ, ਤਿੰਨ ਪਾ ਦੋ ਕਿੱਥੇ ਪੈਣਾ ਮਿਲਦੀਆਂ
ਮੈਕਸੀਮਮ ਹੀ 500 ਲੱਗਦਾ ਉਹ ਕਿੰਨੇ ਨਿਕਲੇ ਉਹਦੇ ਜ਼ੋਰ ਦੀ ਮਾਰੇ ਉਹ ਮੈਨੂੰ ਲੱਗਦਾ ਇਹ ਪਹਿਲਾਂ ਵਾਲੇ ਨੇ ਥੱਕ ਗਿਆ ਆਪਾਂ ਹੁਣ ਆਇਆ ਬਾਹਰ ਦੇਖੋ ਨਜ਼ਾਰੇ ਬਾਹਰ ਆ ਦੇਖੋ ਜੀ ਜਗਾੜ ਜਿਹੜੇ ਬਣਾਏ ਹੋਏ ਜੋਕਰ ਦੇ ਰੌਣਕ ਮੇਲਾ ਬਹੁਤ ਹੈ ਬਹੁਤ ਪੂਰਾ ਰੌਣਕ ਮੇਲਾ ਆਹ ਵੈਕਸ 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 ਮਿਊਜ਼ੀਅਮ ਬਣਾ ਬਾਲੀਵੁੱਡ ਵਗੈਰਾ ਜਿੱਦਾਂ ਕਿ ਬਾਲੀਵੁੱਡ ਵਾਲਿਆਂ ਦੇ ਸਾਰਿਆਂ ਦੇ ਵੈਕਸ ਮਿਊਜ਼ੀਅਮ ਬਣਿਆ ਹੋਇਆ ਕਾਫੀ ਕੁਛ ਆ ਪਰ ਇੱਕ ਵਾਰ 'ਚ ਸਾਰਾ ਕੁਛ ਕਵਰ ਨਹੀਂ ਹੁੰਦਾ ਦੁਬਾਰਾ ਫਿਰ ਆਵਾਂਗੇ ਤੇ ਫਿਰ ਆਪਾਂ ਹੋਰ ਕੋਈ ਐਕਟੀਵਿਟੀ ਕਰਾਂਗੇ ਨਾ ਇੱਕ ਵਾਰ 'ਚ ਐਕਟੀਵਿਟੀ ਕਵਰ ਹੁੰਦੀ ਆ ਬਹੁਤ ਜ਼ਿਆਦਾ ਸਾਰਾ ਦਿਨ ਚਾਹੀਦਾ ਬੰਦੇ ਦਾ ਕਈ ਫਨ ਐਕਟੀਵਿਟੀ ਹੈਗੀਆਂ ਹਾਂ ਇਨਡੋਰ ਕਾਫੀ ਹੋਰਰ ਵਾਲੀਆਂ ਵੀ ਹੈਗੀਆਂ ਜਵਾਨਮੈਂਟ ਨਿਆਣਿਆਂ ਦੇ ਹਾਂ ਉਹ ਦੇਖੋ ਨਿਆਣੇ ਉਹਦੇ ਉੱਪਰ ਚੜ੍ਹਦੇ ਆ ਅੱਜ ਮੈਂ ਸਾਰੇ ਫਨ ਹਾਊਸ ਆਏ ਅੰਦਰ ਜਾ ਕੇ ਮੂਵੀਆਂ ਵਗੈਰਾ ਦਿਖਾਉਂਦੇ ਆ ਫੋਰ ਡੀ ਨਾਲੇ ਆ ਉਹ ਤਾਂ ਦੋ ਤਿੰਨ ਵਾਰੀ ਆ ਕੇ ਕਵਰ ਕਰ ਸਕਦੇ ਆ ਜਿਹੜੇ ਬਾਹਰੋਂ ਆਉਂਦੇ ਆ ਪੂਰਾ ਦਿਨ ਲੈ ਕੇ ਆਉਣ ਮੇਰੇ ਆ ਜਾਣ ਤੜਕੇ ਹੀ ਕਾਫੀ ਮਿਲ ਜਾਂਦਾ ਇੱਕ ਉਹਦੇ ਵਿੱਚ 5-6 ਐਕਟੀਵਿਟੀ ਕਵਰ ਹੁੰਦੀਆਂ ਪਾਸ ਵਧੀਆ ਰਹਿੰਦਾ
ਕੋਈ ਪਾਸ ਲੈ ਲਓ ਕਾਫੀ ਜਿਵੇਂ ਹੌਂਟਡ ਹਾਊਸ ਆ ਪਾਸ ਕਿੰਨਾ ਕੁਝ ਕਵਰ ਹੁੰਦਾ ਆ ਜੀ ਮੈਂ ਮੇਜ਼ ਉਹ ਲੇਜ਼ਰ ਦਾ ਡਿਪਾਰਟਮੈਂਟ ਜਾਂ ਭਾਈ ਪਤਾ ਨਹੀਂ ਕੀ ਜਾਂਦਾ ਕਾਫੀ ਹੁਣ ਐਕਟੀਵਿਟੀ ਹੈਗੀਆਂ ਇਹ ਪੂਰਾ ਹੌਂਟਡ ਹਾਊਸ ਅੱਤ ਕਰਾਉਂਦੇ ਪੂਰੀ ਉਹ ਡਰ ਲੱਗਦਾ ਪੂਰਾ ਮੁੰਨਾ ਭੂਤ ਜਿਹਾ ਬਣਾਇਆ ਹੋਇਆ ਆਹ ਕਿੰਨਾ ਖਤਰਨਾਕ ਜਿਹਾ ਬਣਾਇਆ ਅੱਖਾਂ ਜਿਹਾ ਬਣਾਈਆਂ ਡਰੈਕੁਲਾ ਜਿਵੇਂ ਤਾਂ ਪਾਸ ਲੈਂਦਾ ਉਹ 'ਚ ਕਵਰ ਹੁੰਦਾ ਹੈ ਬਰਗਰ ਕਿੰਗ ਦੇ ਉੱਪਰ ਵੀ ਇੱਕ ਰਾਈਡ ਆ ਉਹ ਦੇਖੋ ਪੂਰੀ ਡੇਂਜਰਸ ਰਾਈਡ ਆ ਇਹਦੀ ਘੈਂਟ ਆ ਪੂਰੀ ਬਹੁਤ ਤੇਜ਼ ਜਾਂਦੀ ਹੈ ਰਾਈਡ ਉਹ ਆਹ ਇੱਕ ਬਲੀਵ ਇਟ ਔਰ ਨੋਟ ਆ ਵੀ ਬਹੁਤ ਵਧੀਆ ਮਿਊਜ਼ੀਅਮ ਜਿਹਾ ਆਇਆ ਘੈਂਟੀ ਚੀਜ਼ਾਂ ਹੁੰਦੀਆਂ ਇਹਦੇ ਅੰਦਰ ਉਹੀ ਇੱਕ ਵਾਰ 'ਚ ਨਹੀਂ ਸਾਰਾ ਕੁਛ ਨਹੀਂ ਕਵਰ ਹੁੰਦਾ ਬਿਲਡਿੰਗ ਇਹਨਾਂ ਨੇ ਬਣਾਈ ਹੋਈ ਟੇਢੀ ਜੀ ਚੱਲੇ ਫਿਰ ਆਪਾਂ ਜਿਵੇਂ ਬਾਜ਼ਾਰ ਗੋਲਫ ਇਹ ਵੀ ਭੂਤਾਂ ਵਾਲਾ ਜਗਾੜ ਜਿਹਾ ਉੱਧਰ ਚੱਲਦੇ ਆਪਾਂ ਆਹ ਪਾਸ ਦੇ ਵਿੱਚ ਕਿੰਨਾ ਕੁਛ ਕਵਰ ਹੁੰਦਾ ਅਰੇ ਇੰਨਾ ਕੁਛ ਕਵਰ ਕਿਹੜਾ ਲੱਗਦਾ ਪਾਸ ਆ ਇਹ ਲੈ ਲਵੇ ਇਹ ਵਧੀਆ ਰਹਿੰਦਾ ਇੱਦਾਂ ਦੇ ਕਿੰਨੇ ਤਰ੍ਹਾਂ ਦੇ ਪਾਸ ਆ ਇੱਕ ਪਾਸ ਨਹੀਂ ਹੈਗਾ ਹਰੇਕ ਪਾਸ ਵੱਖਰੇ ਵੱਖਰੇ ਐਕਟੀਵਿਟੀਜ਼ ਹੁੰਦੀਆਂ ਆਹ ਕਿੰਨਾ ਸੋਹਣਾ ਬਣਾਇਆ ਵਾ ਸਾਈਡ ਤੋਂ ਵੀ ਵਧੀਆ ਲੱਗਦਾ ਉਹ ਫੇਰ ਭੱਜ ਗਿਆ ਉਹ ਆਹ ਗੱਡੀ ਪੁੱਟੀ ਕਰਕੇ ਲਾਈ ਉਹਦੇ ਉਹਨੂੰ ਅੱਗ ਫੇਰ ਨਿਕਲਣਾ ਅੱਗ ਅੱਗ ਨਿਕਲ ਕੇ ਹੁਣੇ ਹਟੀ ਆ ਲੋ ਜੀ ਗਾਈਸ ਇਹ ਸੀਗਾ ਆਪਣਾ ਅੱਜ ਦਾ ਟ੍ਰਿਪ ਅੱਜ ਆਪਾਂ ਇੱਕ ਕਿਸ਼ਤੀ ਕਵਰ ਕੀਤੀ ਅਤੇ ਖਿਡੌਣੇ ਖੇਡਣ ਵਾਲੇ ਕਵਰ ਕੀਤੇ ਹੈ ਨਾ ਹਾਂ ਅਗਲੀ ਵਾਰ ਜਦੋਂ ਆਪਾਂ ਆਵਾਂਗੇ ਫਿਰ ਆਪਾਂ ਡਿਫਰੈਂਟ ਐਕਟੀਵਿਟੀਜ਼ ਕਰਾਂਗੇ ਤੁਹਾਨੂੰ ਦਿਖਾਵਾਂਗੇ ਅਤੇ ਨਾਲੇ ਗੋ ਕਾਰਟਿੰਗ ਵੀ ਕਰਾਂਗੇ ਉਹਦੇ ਵਾਸਤੇ ਰਹੋ ਨਜ਼ਾਰੇ ਲਓ ਅਤੇ ਮਿਲਦੇ ਹਾਂ ਫਿਰ ਅਗਲੇ ਵਲੌਗ